ਸ਼ਹਿਨਸ਼ਾਹ ਤਵੇਰੀਅਸ ਦੇ ਰਾਜ ਦਾ 15ਵਾਂ ਵਰ੍ਹਾ ਸੀ ਜਦੋਂ ਪਿੰਤੁਸ ਪਿਲਾਤੁਸ ਯਹੂਦਾ ਦਾ ਰਾਜਪਾਲ ਸੀ ਤੇ ਹੇਰੋਦੀਸ ਗਲੀਲ ਦਾ ਸ਼ਾਸਕ ਸੀ ਹੰਨਾ ਤੇ ਕੈਫਾ ਮਹਾਯਾਜਕ ਸੀ ਰੱਬ ਦਾ ਵਚਨ ਯਹੂਨਾ ਤੇ ਮਰੂਭੂਮੀ ਵਿੱਚ ਉਤਰਿਆ ਤੇ ਉਹ ਯਰਦਨ ਦੇ ਨੇੜੇ ਤੇੜੇ ਸਾਰੇ ਇਲਾਕੇ ਵਿੱਚ ਆਇਆ ਤੇ ਪਾਪਾਂ ਤੋਂ ਤੌਬਾ ਕਰਨ ਦੇ ਬਪਤਿਸਮੇ ਦਾ ਪ੍ਰਚਾਰ ਕਰਨ ਲੱਗ ਪਿਆ ਆਪਣੇ ਪਾਪਾਂ ਤੋਂ ਤੌਬਾ ਕਰੋ ਤੇ ਬਪਤਿਸਮਾ ਲਵੋ ਅਤੇ ਰੱਬ ਤੁਹਾਡੇ ਪਾਪ ਬਖਸ਼ੇਗਾ ਜਿਵੇਂ ਕਿ ਯਸ਼ਾਇਆ ਨਬੀ ਦੀ ਕਿਤਾਬ ਵਿੱਚ ਲਿਖਿਆ ਏ ਜੰਗਲ ਵਿੱਚ ਕੋਈ ਪੁਕਾਰ ਰਿਹਾ ਏ ਰੱਬ ਲਈ ਰਾਵਾਂ ਤਿਆਰ ਕਰੋ ਉਹਦੇ ਲਈ ਰਾਵਾਂ ਸਿੱਧੀਆਂ ਕਰੋ ਹਰ ਇੱਕ ਖਾਈ ਭਰ ਦਿੱਤੀ ਜਾਏ ਹਰ ਇੱਕ ਪਹਾੜ ਦੇ ਟਿੱਲੇ ਬਰਾਬਰ ਕੀਤੇ ਜਾਣ ਵੀਂਗੇ ਟੇੜੇ ਰਾਹ ਸਿੱਧੇ ਕੀਤੇ ਜਾਣ ਅਤੇ ਔਖੇ ਰਸਤੇ ਆਸਾਨ ਕੀਤੇ ਜਾਣ ਅਤੇ ਸਾਰੀ ਮਨੁੱਖ ਜਾਤੀ ਰੱਬ ਦੀ ਮੁਕਤੀ ਨੂੰ ਵੇਖੇਗੀ ਅਸੀਂ ਕੀ ਕਰੀਏ ਸੱਪ ਦੇ ਬੱਚਿਓ ਤੁਸੀਂ ਕੀ ਚਾਹੁੰਦੇ ਹੋ ਅਸੀਂ ਕੀ ਕਰੀਏ ਸਾਨੂੰ ਦੱਸ ਅਸੀਂ ਕਿਹੜੇ ਪਾਸੇ ਜਾਈਏ ਜਿਹਦੇ ਕੋਲ ਦੋ ਕੁਰਤੇ ਹਨ ਉਹ ਇੱਕ ਉਸ ਮਨੁੱਖ ਨੂੰ ਦੇਵੇ ਜਿਹਦੇ ਕੋਲ ਨਹੀਂ ਏ ਅਤੇ ਜਿਹਦੇ ਕੋਲ ਰੋਟੀ ਏ ਉਹ ਵੰਡ ਕੇ ਖਾਵੇ ਗੁਰੂ ਜੀ ਅਸੀਂ ਚੁੰਗੀ ਲੈਣ ਵਾਲੇ ਹਾਂ ਅਸੀਂ ਕੀ ਕਰੀਏ ਜੋ ਜਾਏ ਜੇ ਉਹ ਤੂੰ ਵੱਧ ਨਾ ਲਵੋ ਅਤੇ ਸਾਡੇ ਬਾਰੇ ਦੱਸੋ ਅਸੀਂ ਕੀ ਕਰੀਏ ਜ਼ਬਰਦਸਤੀ ਕਿਸੇ ਤੋਂ ਪੈਸਾ ਨਾ ਲਵੋ ਤੇ ਨਾ ਹੀ ਕਿਸੇ 'ਤੇ ਝੂਠਾ ਇਲਜ਼ਾਮ ਲਾਓ ਆਪਣੀ ਕਮਾਈ 'ਤੇ ਹੀ ਸਬਰ ਕਰੋ ਸਾਨੂੰ ਦੱਸ ਕਿ ਤੂੰ ਮਸੀਹ ਹੈ ਮੈਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ ਪਰ ਮੇਰੇ ਬਾਅਦ ਇੱਕ ਆ ਰਿਹਾ ਹੈ ਜਿਹੜਾ ਮੇਰੇ ਤੋਂ ਬਹੁਤਾ ਵੱਧ ਏ ਮੈਂ ਤਾਂ ਇਸ ਲਾਇਕ ਵੀ ਨਹੀਂ ਕਿ ਉਹਦੀਆਂ ਜੁੱਤੀਆਂ ਦੇ ਤਸਮੇ ਵੀ ਖੋਲ ਸਕਾਂ ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਗਾ ਉਹਦਾ ਛੱਜ ਉਹਦੇ ਹੱਥ ਵਿੱਚ ਏ ਤਾਂ ਜੇ ਦਾਣਿਆਂ ਨੂੰ ਤੂੜੀ ਤੋਂ ਵੱਖ ਕਰਕੇ ਆਪਣੇ ਕੋਲ 'ਚ ਜਮ੍ਹਾਂ ਕਰੇ ਪਵਿੱਤਰ ਆਤਮਾ ਗੋਗੀ ਦੇ ਰੂਪ ਵਿੱਚ ਯੀਸ਼ੂ ਤੇ ਉਤਰਿਆ ਤੇ ਅਸਮਾਨ ਵਿੱਚੋਂ ਇਹ ਆਵਾਜ਼ ਆਈ ਤੂੰ ਮੇਰਾ ਪਿਆਰਾ ਪੁੱਤਰ ਏ ਤੇ ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ।